ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਅੰਦਰ ਜਿਸ ਨੂੰ ਹਿੰਦੁਸਤਾਨ ਦੀ ਹਕੂਮਤ ਨੇ, ਪੰਜਾਬ ਦੀ ਹਕੂਮਤ ਨੇ ਡਿਕਲੇਅਰ ਕੀਤਾ ਸੀ ਕਿ ਇਹ ਇੱਕ ਅੱਤਵਾਦੀ ਹੈ, ਵੱਖਵਾਦੀ ਹੈ, ਪਰ ਲੋਕਾਂ ਨੇ ਉਹ ਫੈਸਲਾ ਬਦਲ ਕੇ ਰੱਖਤਾ। ਲੋਕਾਂ ਨੇ ਕਿਹਾ ਨਹੀਂ, ਇਹ ਅੱਤਵਾਦੀ ਵੱਖਵਾਦੀ ਨਹੀਂ, ਤੁਹਾਡੀ ਸੋਚ ਗਲਤ ਹੈ। ਸੋ ਇੱਕ ਬੜੀ ਵੱਡੀ ਇੱਕ ਚੀਜ਼ ਨਿਕਲ ਕੇ ਆਈ ਹੈ ਇੰਡੀਆ ਦੇ ਅੰਦਰ, ਪੰਜਾਬ ਦੇ ਅੰਦਰ, ਕਿ ਪੰਜਾਬ ਦਾ ਭਾਈਚਾਰਾ ਉਵੇਂ ਹੈ, ਇਹਨਾਂ ਲੀਡਰਾਂ ਦੀ ਸਾਰੀ ਦੇਣ ਹੈ। ਅਤੇ ਮੈਂ ਖਾਸ ਕਰਕੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਬਾਰੇ ਕਹੂੰਗਾ ਕਿ ਇੰਨੀ ਦਿਲੋਂ ਮਿਹਨਤ ਕਰਨੀ, ਦਿਲੋਂ ਨਾਲ ਚੱਲਣਾ ਕਿ ਦੇਖੋ ਕੋਈ ਨਸ਼ਾ ਵਰਤਾਉਣ ਦੀ ਲੋੜ ਨਹੀਂ, ਕਿਸੇ ਸਾਨੂੰ ਬਾਹਰੋਂ ਨਚਾਰ ਲਿਆਉਣ ਦੀ ਲੋੜ ਨਹੀਂ ਪਈ। ਕੋਈ ਸਾਡੇ ਕੋਲ ਦਿੱਲੀ ਦਾ ਲੀਡਰ ਨਹੀਂ, ਕੋਈ ਚੰਡੀਗੜ੍ਹ ਦਾ ਲੀਡਰ ਨਹੀਂ, ਕੋਈ ਪਾਰਟੀ ਦੀ ਸਪੋਰਟ ਨਹੀਂ। ਉਹੀ ਵੱਟਾਂ 'ਤੇ ਬਹਿ ਕੇ ਲੋਕਾਂ ਦੇ ਫੈਸਲੇ, ਉਹੀ ਬੋਹੜਾਂ ਦੇ ਥੱਲੇ ਬਹਿ ਕੇ ਮੀਟਿੰਗਾਂ ਕਰਨੀਆਂ ਜਿਹੜੀਆਂ 1945, 1950 ਜਾਂ 35, 55 'ਚ ਵੀ ਹੁੰਦੀਆਂ ਆਈਆਂ ਨੇ। ਸੋ ਜਿਹੜੇ ਲੋਕ ਕਹਿੰਦੇ ਸੀ ਕਿ ਪੰਜਾਬ ਦੇ ਅੰਦਰ ਪੈਸੇ ਤੋਂ ਬਿਨਾਂ ਇਲੈਕਸ਼ਨ ਜਿੱਤਿਆ ਨਹੀਂ ਜਾਂਦਾ, ਇਸ ਦੋ ਇਲੈਕਸ਼ਨਾਂ ਨੇ, ਖਡੂਰ ਸਾਹਿਬ ਅਤੇ ਫਰੀਦਕੋਟ ਦੀ ਸੀਟ ਨੇ ਦੱਸ ਦਿੱਤਾ ਹੈ ਕਿ ਕੋਈ ਪੈਸੇ ਦੀ ਲੋੜ ਨਹੀਂ, ਕੋਈ ਨਸ਼ੇ ਦੀ ਲੋੜ ਨਹੀਂ। ਤੁਹਾਡੀ ਔਕਾਤ ਹੋਣੀ ਚਾਹੀਦੀ ਹੈ, ਤੁਹਾਡਾ ਖੁਦ ਦਾ ਕਿਰਦਾਰ ਹੋਣਾ ਚਾਹੀਦਾ ਹੈ। ਸੋ ਜਿਹੜੇ ਲੀਡਰ ਦਾ ਕਿਰਦਾਰ ਨਹੀਂ, ਉਹਨੂੰ ਤਾਂ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ, ਪਰ ਜਿਹਦਾ ਕਿਰਦਾਰ ਹੈ ਉਹਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪਈ। ਸੋ ਭਾਈਚਾਰੇ ਦੀ ਸਾਂਝ ਉਹਨਾਂ ਨੇ ਦੱਸ ਦਿੱਤਾ ਕਿ ਪੰਜਾਬ ਦੇ ਅੰਦਰ ਖਡੂਰ ਸਾਹਿਬ ਦੇ ਲੋਕਾਂ ਨੂੰ ਕੀ ਚਾਹੀਦਾ। ਮੈਂ ਬਹੁਤ ਪਿੰਡਾਂ 'ਚ ਗਿਆ, ਲੋਕ ਮੈਕਸੀਮਮ ਇੱਕੋ ਗੱਲ ਕਹਿ ਰਹੇ ਨੇ, ਨਸ਼ੇ ਕਰਕੇ। ਉਹ ਕਹਿ ਰਹੇ ਨੇ ਨਸ਼ਾ ਬਹੁਤ ਜ਼ਿਆਦਾ ਹੈ। ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕੀਤੀ ਸੀ, ਖਡੂਰ ਸਾਹਿਬ ਦੇ ਲੋਕਾਂ ਨੂੰ, ਕਿ ਇਹ ਨਸ਼ਾ ਹੈ ਜਿਹੜਾ, ਇਹ ਧਰਮ ਪ੍ਰਚਾਰ ਨਾਲ ਬੰਦ ਹੋਣਾ ਹੈ, ਇਹ ਸਖਤੀ ਨਾਲ ਬੰਦ ਨਹੀਂ ਹੁੰਦਾ ਆਉਂਦਾ ਕਿਤੇ ਵੀ। ਇਹ ਬੰਦੇ 'ਤੇ ਮਨੋ ਤਿਆਗਣਾ ਪੈਂਦਾ ਹੈ, ਫੋਰਸੀਏਬਲੇ ਬੰਦ ਨਹੀਂ ਹੋ ਸਕਦਾ। ਸੋ ਸਦੀਆਂ ਤੋਂ ਤੁਰਿਆ ਆਇਆ ਹੈ। ਸੋ ਇਹਨੂੰ ਢੰਗ ਇਹੀ ਹੈ, ਸਾਡੇ ਪੁਰਾਣੇ ਲੀਡਰ ਇਸ ਤਰ੍ਹਾਂ ਕਰਦੇ ਹੁੰਦੇ ਸੀ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਜਿਹੜੇ ਪਹਿਲੇ ਪੁਰਾਣੇ ਅਕਾਲੀ ਸੀ ਉਹ ਨਾਲ ਧਰਮ ਪ੍ਰਚਾਰ ਕਰਦੇ ਸੀ, ਨਾਲੇ ਦਿੱਲੀ ਦੀ ਸਿਆਸਤ ਕਰਦੇ ਸੀ। ਹਰ ਬੰਦੇ ਦੇ ਮੋਢੇ ਦੇ ਉੱਪਰ ਤਾਂ ਹੌਲਦਾਰ ਨੇ ਬਹਿਣਾ ਨਹੀਂ। ਸੋ ਕਿਤੇ ਨਾ ਕਿਤੇ ਆਪਾਂ ਨੂੰ ਧਰਮ ਪ੍ਰਚਾਰ ਦੀ ਲੋੜ ਹੈ, ਸਾਨੂੰ ਉਹ ਲੀਡਰ ਚਾਹੀਦਾ ਜਿਹੜਾ ਦੋ ਚੀਜ਼ਾਂ 'ਚ ਬਿਲਕੁਲ ਪਰਫੈਕਟ ਹੋਵੇ। ਉਹ ਧਰਮ ਪ੍ਰਚਾਰ ਵੀ ਕਰੇ, ਆਪਦੇ ਪੰਜਾਬ ਦੀ ਗੱਲ ਕਰੇ, ਆਪਦੇ ਖਿੱਤੇ ਦੀ ਗੱਲ ਕਰੇ, ਆਪਦੀ ਕੌਮ ਦੀ ਗੱਲ ਕਰੇ। ਸਾਡੇ ਅੱਜ ਪਾਰਲੀਮੈਂਟ 'ਚ ਬੋਲਣ ਵਾਲਾ ਪੰਜਾਬ ਦੇ ਵਿੱਚੋਂ ਕੋਈ ਬੰਦਾ ਨਹੀਂ ਸੀ। ਸੋ ਬੜੀ ਵਧੀਆ ਗੱਲ ਹੈ, ਪੰਜਾਬ 'ਚੋਂ ਇਸ ਕੌਮ ਦੇ ਵਿੱਚੋਂ ਇੱਕ ਬੰਦਾ ਬੋਲਣ ਵਾਲਾ ਹੈਗਾ। ਅਤੇ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਹਿਰਾਵੇ ਵਾਲਾ ਪਹਿਲੀ ਵਾਰ ਬੰਦਾ ਪਾਰਲੀਮੈਂਟ 'ਚ ਜਾ ਰਿਹਾ। ਸੋ ਬਹੁਤ ਖੁਸ਼ੀ ਵਾਲੀ ਗੱਲ ਹੈ, ਬਹੁਤ ਵਧੀਆ ਲੋਕਾਂ ਦਾ ਸਾਥ।